जुबानी अमृत सारे गुरबाणी कहे सेवक जनमाने पर तक गुरु निस्तारे। साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसवें पातशाह के पावन स्वरूप धाम धाम श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। दरबार साहिब संत ज्ञानी हरनाम सिंह जी खालसा पिंडरांवाले मुखी दमदमी टकसाल जथा पिंडरां महिता अमृतसर इस प्रकार भुखे विचार करने करके परमाश भी विचार नहीं किसी प्रकार हो सकती सोची लाख विचार कर दे रही है परमेश्वर भी विचार नहीं होंगी उपासना की प्रसन्न होकर क्या मैं भाई आ चार बत्तियां लाया आ जी बत्ती है उसने जगा के पूरे वाल जाई तेन माया मिल जाएगी तू उ तृप्त होगी फिर दूसरी बत्ती लैके जो नहर देगी वो दक्षिण वाल में तुर जाएगी तीजी बत्ती लैके पश्चिम वाल में तुर जाएगी चौथी बत्ती ना जगाई तो फिर तू फस जाएगा जो जगात की यह गल सुन के तेने चंगाई पहली बत्ती जगा के जो गया तो पैसों के भार ही भार देखे तू सोचे फिर तो कहेंगे एक पैसा नहीं चुकया मकाना परमेश्वर है। ਇਹ ਹਰਾਤੀ ਬੜਾ ਸੋਹਣਾ ਸੀ
ਉਹਦੇ ਹੁਕਮੀ ਦੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲਣਾ ਕਰੀਏ। ਨਾਨਕ ਲਿਖਿਆ ਨਾਲ ਹੁਕਮ ਨਾਲ ਸਭ ਸਾਰਿਆਂ ਨੇ ਮੱਥੇ ਤੇ ਕਰਾ ਲਾਂਗੇ ਦੇ ਨਾਲ ਲਿਖਿਆ ਹੋਇਆ ਸਭਨਾਂ ਨੇ ਹੁਕਮ ਦੇ ਅੰਦਰ ਹੀ ਮਹਾਰਾਜ ਸਾਹਿਬ ਰੱਖਿਆ ਹੋਇਆ ਹੈ। ਇਹ ਦੁਨੀਆਂ ਦੇ ਸਾਰਿਆਂ ਨੇ ਮੱਥੇ ਦੇ ਨਾਲ ਲਿਖ ਕਰਕੇ ਭੇਜਣਾ ਕੀਤਾ ਹੁਕਮ ਪਰਮੇਸ਼ਰ ਨੇ ਇਸ ਪ੍ਰਕਾਰ ਉਹਦੇ ਹੁਕਮ ਨੂੰ ਬੁੱਧ ਕਰਕੇ ਤੇ ਇਹ ਸੱਚ ਦੀ ਪ੍ਰਾਪਤੀ ਹੁੰਦੀ ਹੈ। ਵਿਚਾਰ ਨਹੀਂ ਪ੍ਰਾਪਤ ਹੋਵੇਗੀ। ਲੱਖ ਵਾਰ ਲੱਖਾਂ ਵਾਰੀ ਸੋਚਦੇ ਰਹੀਏ ਤਾਂ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਲੱਖਾਂ ਵਾਲੀ ਸੋਚ ਨੂੰ ਪਾਈ ਚੁੱਕਾਂਗੇ, ਸੋਚ ਵਿਚਾਰ ਨੂੰ ਚੁਕਵਾਉਂਗੇ। ਇਹ ਸੋਚਿਆ ਸੋਚਣਾ ਹੋ ਗਈ ਪਰਮੇਸ਼ਰ ਦੀ ਲੱਖਾਂ ਵਾਲੀ ਸੋਚ ਵਿਚਾਰ ਦੇ ਵਿਚਾਰ ਨਹੀਂ ਕਰਕੇ ਫਿਰ ਸੋਚਣਾ ਹੋ ਗਈ ਉਹਨੂੰ ਵਿਚਾਰ ਨਹੀਂ ਪ੍ਰਾਪਤ ਹੋਏ ਕਿੰਤੂ ਪ੍ਰਾਪਤ ਹੋਏ ਪਾਪੀ ਉੱਠ ਕੇ ਨਿਆਏ। ਇਹ ਜ਼ਰੂਰ ਵਿਚਾਰ ਪ੍ਰਾਪਤ ਹੋਵੇਗੀ ਜੇ ਲੱਖਾਂ ਵਾਰੀ ਤੁਸੀਂ ਇਸ ਪਰਮੇਸ਼ਰ ਦੀ ਵਿਚਾਰ ਲੱਖਾਂ ਵਾਰ ਤੇ ਸੋਚਦੇ ਰਹੋਗੇ ਫਿਰ ਤੁਹਾਨੂੰ ਕਿਸੇ ਪ੍ਰਕਾਰ ਦੀ ਸੋਚ ਵਿਚਾਰ ਨਹੀਂ ਪ੍ਰਾਪਤ ਕਿੰਤੂ ਪ੍ਰਾਪਤ ਹੋ ਜਾਵੇਗੀ। ਚੁੱਪਾ ਚੁੱਪ ਨਾ ਹੋ ਗਈ ਨਹੀਂ ਕਰਕੇ ਮਨ ਦੀ ਚੁੱਪ ਦਾ ਕਿਸੇ ਪ੍ਰਕਾਰ ਹੋਰ ਨਹੀਂ ਸਕਦੀ ਫਿਰ ਮਾਰਾ ਕਿਵੇਂ ਹੋਵੇਗੀ। ਜੇ ਲਾਏ ਰਹਾ ਲਿਵਤਾ ਗੁਰੂ ਮਹਾਰਾਜ ਸਾਹਿਬ ਦੇਸ਼ ਵਿੱਚ ਪੂਰਨੇਸ਼ਰ ਸਾਰਿਆਂ ਦਾ ਧਾਰਾ ਦੇ ਸਥਾਨ ਹੈ ਉਹਦੇ ਵਿੱਚ ਬੱਚੀ ਨੂੰ ਬੰਨ ਲਵਾਂਗੇ ਤੇ ਹੋਰ ਕਿੱਥੇ ਅੰਤਾ ਕਰਨ ਦੀ ਜਿਹੜੀ ਆਸਾ ਕਿਸੀਆਂ ਦੀ ਭੁੱਖ ਹੈ ਉਹ ਨਾ ਉਤਰੀ ਕਿੰਤੂ ਉਤਰ ਜਾਏਗੀ, ਉਹ ਵੀ ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਸਿਆਣਪਾ ਲੱਖ ਹੋਏ ਹਜ਼ਾਰਾਂ ਤਰਖਾਣੀਆਂ ਪੁਸਤਕਾਂ ਦੀਆਂ ਸਿਆਣਪਾਂ ਤੇ ਲੱਖ ਸਰੀਰ ਦੇ ਕਿਸਾਨੀ ਕਰਕੇ ਸਾਰੀਆਂ ਪੁਸਤਕਾਂ ਛੱਡ ਕੇ ਲੱਗਣਾ ਪੈਂਦਾ ਜਿਹੜੀ ਸਿਆਣਪ ਕਿਤੋਂ ਕਿਤੋਂ ਹੁੰਦੀ ਹੈ ਉਹ ਸਿਆਣਪ ਛੱਡਣੀ ਪੈਂਦੀ ਹੈ। ਇਸ ਪ੍ਰਕਾਰ ਹਜ਼ਾਰਾਂ ਸਿਆਣ ਤੋਂ ਉੱਥੇ ਹੋਣ ਚਾਹੇ ਚਾਹੇ ਲੱਖੇ ਕੋਈ ਵੀ ਨਾ ਹੋਵੇ ਹਜ਼ਾਰਾਂ ਸਿਆਣ ਤੋਂ ਹੋਣ ਚਾਹੇ ਨਾ ਹੋਣ ਇੱਕੋ ਜਿਹੀ ਹਾਲਤ ਹੋ ਜਾਂਦੀ ਹੈ। ਮਾਰਨ ਕਿਹਾ ਜੋ ਪ੍ਰਾਣੀ ਦੇ ਦਿਨ ਚਿਹਾਵਾ ਪੜਿਆ ਪੜਿਆ ਕਰਨ ਦਾ ਬਚਾਵਾ ਇਸੇ ਪ੍ਰਕਾਰ ਚਿੰਤਾ ਕਰਨੇ ਕਰਕੇ ਵਿਰਾਗ ਦਾ ਪੈਦਾ ਨਹੀਂ ਹੁੰਦਾ, ਵਿਵੇਕ ਵੀ ਪੈਦਾ ਨਹੀਂ ਹੁੰਦਾ। ਇਹ ਲੱਖਾਂ ਵਾਰੀ ਸੋਚੀ ਜਾਈਏ ਇਸ ਕਰਕੇ ਆਪ ਜੀ ਦੀ ਕੀ ਆਗਿਆ ਨੁਕਸਾਨ ਕਰਮ ਕਰਨੇ ਚਾਹੀਦੇ ਆ। ਸੇਵਾ ਕਰਤ ਹੋ ਨਹੀਂ ਕਾਮੀ ਉੱਤੇ ਹੋਰ ਤਰ੍ਹਾਂ ਕਿਸਾਨੀ ਚੁੱਪ ਨਾ ਹੋਵੇ ਮੰਦਰ ਸਫਲਤਾ ਸਫਲਤਾ ਹੋ ਨਹੀਂ ਸਕਦੀ। ਜੇ ਲਾਏ ਰਹਾ ਲੇਵਤਾ ਬਿੱਟੀ ਨੂੰ ਦੇ ਦੇਖੀ ਇਸ ਕਰਕੇ ਵਿਵੇਕ ਦੀ ਲੋੜ ਹੈ। ਵਿਵੇਕ ਵੀ ਇਸ ਕਰਕੇ ਮੰਦਰ ਸਫਲਤਾ ਦੇ ਰੋਕਣ ਵਾਸਤੇ ਗਰਾਂਗ ਦੀ ਲੋੜ ਹੈ। ਇੰਦਰੀਆਂ ਨੂੰ ਪਰ ਇਹ
ਚਾਰ ਪਦਾਰਥ ਜਿਹੜੇ ਬੰਨਾ ਕਰੀਏ ਰੋਕੀਏ ਦਮਨ ਕਰੀਏ ਲੱਤ ਹੋਏ ਦੀਆਂ ਲੱਖਾਂ ਸਿਆਣਤਾਂ ਜਿਹੜੀਆਂ ਹੋ ਜਾਣ ਅਧਿਕਾਰੀ ਲਿਖਣ ਦੱਸੇ ਬਹੁਤ ਸਿੱਖਿਆ ਦੱਸੀ ਹੈ ਇਹ ਸੱਚੇ ਪਾਤਸ਼ਾਹ ਤੇ ਸੁਚਿਆਰਾ ਹੋਈਏ ਇਸ ਪ੍ਰਕਾਰ ਸੱਚ ਦੀ ਪ੍ਰਾਪਤੀ ਵਾਲੇ ਹੋਈਏ ਸਾਹਿਬ ਸੰਗਤ ਜੀ
ਅੱਜ ਸ੍ਰੀ ਜੈ ਸਾਹਿਬ ਜੀ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਪੌੜੀ ਹੋਈ ਹੈ। ਉਹਨਾਂ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਸਰੀਰ ਲੱਖਣ ਤੇ ਤਪਸਵੀ ਲੱਖਣ ਕਥਨ ਕੀਤੇ ਹਨ, ਜਿਸ ਦੇ ਅੰਦਰ ਵਾਹਿਗੁਰੂ ਪਰਮੇਸ਼ਵਰ ਕਥਨ ਕੀਤਾ ਹੈ ਅਤੇ ਓਮਕਾਰ ਸ਼ਬਦ ਵਿੱਚ ਅਕਾਲ ਮਕਾਲ ਉਕਾਰ ਪੁਨਰਬਿੰਦ ਪਹਿਚਾਣ ਚਾਰੇ ਕੋ ਸਮੁਦਾਇ ਓਮਕਾਰ ਪਛਾਣ। ਅਕਾਲ ਮਾਤਰਾ ਜਿਹੜੀ ਹੈ ਹਿਰਨਗਰਭ ਦੀ ਵਾਚਕ ਹੈ ਅਤੇ ਹਿਰਨਗਰਭ ਵਾਚ ਰੂਪ ਹੈ ਅਤੇ ਉਕਾਰ ਮਾਤਰਾ ਵਿਰਾਟ ਦੀ ਵਾਚਕ ਹੈ, ਵਿਰਾਟ ਵਾਚ ਰੂਪ ਹੈ ਅਤੇ ਮਕਾਰ ਮਾਤਰਾ ਅਭਿਆਚਕ ਦੀ ਵਾਚਕ ਹੈ, ਅਭਿਆਚਕ ਵਾਚ ਰੂਪ ਹੈ। ਇਸ ਪ੍ਰਕਾਰ ਵਾਚ ਵਾਚਕ ਦਾ ਸਮਨ ਕਰਕੇ ਓਮਕਾਰ ਸ਼ਬਦ ਜਿਹੜਾ ਵਾਚਕ ਹੈ ਅਤੇ ਦਿਨ ਮਾਇਆ ਸ਼ਬਦ ਜੋ ਆਪਣੇ ਆਪ ਨੂੰ ਬਰਾਦ ਤੇ ਸਿਰਨ ਗਰਭ ਹੈ ਤੇ ਅਭਿਆਚਕ ਕਹਾਉਣ ਵਾਲਾ ਹੈ ਉਹ ਵਾਚ ਰੂਪ ਹੈ। ਇਸੇ ਪ੍ਰਕਾਰ ਸਮੱਸੀ ਉਪਾਧੀ ਕਰਕੇ ਅਸੀਂ ਸੁਣਦੇ ਹਾਂ ਇਹ ਤਿੰਨ ਪ੍ਰਕਾਰ ਦੇ ਸੁਭਾਅ ਗ੍ਰਾਂਤ ਜਿਹਦੇ ਚੰਦ ਸੂਰਜ ਨੇਤਰ ਹਨ, ਸਮੁੰਦਰ ਦੀ ਅੱਗੇ ਪੇਟ ਹੈ, ਨਦੀਆਂ ਨਾਲੀਆਂ ਦੀ ਨਾਲੀਆਂ ਬਾਸਪਤੀ ਜਿਹਦੀ ਰਮਾਗ ਦੀ ਹੈ, ਐਸਾ ਗ੍ਰਾਂਤ ਰੂਪ ਜੋ ਹੈ ਅਤੇ ਹਿਰਨਗਰਭ ਸਾਰਿਆਂ ਦੀ ਸੁਗਨ ਵਾਚਾ ਹੈ ਜਿਹੜਾ ਪ੍ਰਕਾਸ਼ ਦੇ ਮਾਨੀ ਹੈ ਹਿਰਨਗਰਭ ਹੈ। ਸਮੱਸੀ ਉਪਾਧੀ ਨਾਲ ਸਾਰਿਆਂ ਦੀ ਸੁਖ ਦੇ ਵਾਚਾ ਦਾ ਜਿਹੜਾ ਮਾਨੀ ਹੈ ਉਹ ਅਭਿਆਚਕ ਹੈ। ਇਹ ਮਾਇਆ ਕਰਕੇ ਅਸੀਂ ਭੇਜ ਪਏ ਹੈ ਤੇ ਬ੍ਰਹਮ ਦੀ ਜਿਹੜੀ ਸੱਚਾਈ ਅੰਦਰ ਪ੍ਰਗਟਨ ਪਿਆ ਹੈ ਉਹਦੇ ਕਰਕੇ ਇਸ ਪ੍ਰਕਾਰ ਇਹ ਫਲ ਪ੍ਰਵਾਦਾ ਈਸ਼ਵਰ ਪ੍ਰਤੀ ਕਾਰਨਾ ਲੈ ਕੇ ਕਰਨੀ ਹੈ ਤੇ ਆਏ ਅੰਦਰ ਪ੍ਰਗਟ ਹੋ ਰਿਹਾ ਹੈ। ਅਤੇ ਚੱਲ ਜਿਸਨੇ ਵਿਦਿਆ ਦੇ ਵਿਅਕਤੀ ਉਪਾਧੀ ਕਰਕੇ ਨਾਮ ਪਿਆ ਹੋਇਆ ਹੈ ਇਹ ਆਕਾਰ ਮਾਤਰਾ ਵਾਚਕ ਹੈ ਤੇ ਇਹ ਆਕਾਰ ਮਾਤਰਾ ਦਾ ਵਾਚ ਹੀ ਸੁਕਣ ਵਿਵਸਥਾ ਦਾ ਮਾਨੀ ਭਿੰਨ ਉਪਾਧੀ ਹੈ। ਅਤੇ ਇਸੇ ਪ੍ਰਕਾਰ ਆਕਾਰ ਮਾਤਰਾ ਜਿਹੜੀ ਹੈ ਜਿਸ ਨਾਵਾਂ ਜੀਵ ਇਸਦੀ ਵਾਚਕ ਹੈ ਤੇ ਵਾਸਤਵਿਕ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਕਾਰ ਮਾਤਰਾ ਪ੍ਰਾਗ ਮਾਵਾਂ ਜੀਵ ਦੀ ਵਾਚਕ ਹੈ ਇਹ ਵਾਚ ਰੂਪ ਹੈ। ਇਸ ਪ੍ਰਕਾਰ ਕਰਮਾਂ ਦੇ ਕਰਨ ਵਾਲਾ ਸਭ ਭੋਜਨ ਵਾਲਾ ਕਹਾਉਂਦਾ ਹੈ ਇਹ ਸਰਬੱਤ ਪਰਮੇਸ਼ਵਰ ਮਾਇਆ ਸਗਰੇ ਤੇ ਜਗਤ ਦੀ ਰਚਨਾ ਕਰ ਰਿਹਾ ਹੈ। ਇਸ ਪ੍ਰਕਾਰ ਅਰਗ ਬਿੰਦੀ ਦਾ ਚੇਤਨ ਦਾ ਅੱਧਾ ਹਿੱਸਾ ਹੈ ਇਹ ਸਾਧ ਸੰਗਤ ਜੀ। ਇਸ ਪ੍ਰਕਾਰ ਇਹ ਜਗਤ ਨੂੰ ਉਤਪਤੀ ਕਰਦਾ, ਪਾਲਣਾ ਕਰਦਾ, ਲੈਕਾ ਕਰਦਾ, ਅੰਤਰ ਕਿਸੇ ਆਏ ਹੈ, ਜੀਵਨ ਕਰ ਕਿਸੇ ਆਏ ਹੈ। ਇਹ ਵਾਚ ਅਰਥ ਵਿੱਚ ਮਾਇਆ ਕਰਕੇ ਈਸ਼ਵਰ ਤੋਂ ਸਗਲ ਪਿਆ ਹੈ ਤੇ ਅੰਤਰ ਜਾਣਦਾ ਹੈ, ਅਵਿਦਿਆ ਕਰਕੇ ਜੀਵ ਤੋਂ ਕੰਦ ਪਿਆ ਤੇ ਕਰਮਾਂ ਦੇ ਅਨੁਸਾਰ ਵੀ ਹੋ ਕੇ ਵਰਤਣਾ ਹੈ। ਅਤੇ ਅਰਗ ਬਿੰਦ ਜਿਹੜਾ ਚੇਤਨ ਦਾ ਭਾਗ ਹੈ ਉਹ ਸਿੰਘ ਦਾ ਜਨਾਇਕ ਹੈ। ਜਿੰਮੇਵਾਰੀ ਆਪਣਾ ਸਰੀਰ ਜਿਹੜਾ ਸਾਖੀ ਸ਼ੁੱਧ ਹੈ, ਈਸ਼ਵਰ ਆਤਮਾ ਵੀ ਸ਼ੁੱਧ ਸਰੂਪ ਹੈ। ਕਿਸੇ ਪ੍ਰਕਾਰ ਦੀ ਆਇਆ ਜਾਣੀ ਐਸੇ ਸ਼ੁੱਧ ਸਰੂਪ ਦੀ ਪਰਮੇਸ਼ਵਰ ਰਾਜ ਰਾਜ ਵਿਭਾਗ ਸੰਬੰਧ ਅਨੁਸਾਰ ਇਸ ਦੇ ਇਨਕਾਰ ਜੋ ਹੈ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਐਸਾ ਵਿਆਜੂ ਜੋ ਪਰਮੇਸ਼ਵਰ ਜੀ ਦਾ ਸੱਤ ਸਰੂਪ ਨਾਮ ਹੈ ਤੇ ਸ਼ੁੱਧ ਹੈ, ਸਾਰੇ ਦਿਨ ਮੁਕਣ ਵਾਲਾ ਪੂਰਨ ਭਾਈ ਤੇ ਬਿਨਾਂ ਯਾਰ ਦੇ ਖਾਲ ਦੇ ਰੱਬ ਸਰੂਪ ਹੈ। ਅਤੇ ਜਗ ਸ਼ਬਦ ਯਾਦ ਕੀਤਾ ਬਾਣੀ ਦਾ ਨਾਮ ਹੈ ਜਗ ਸ਼ਬਦ। ਅਤੇ ਇਸ ਬਾਣੀ ਦੇ ਅੰਦਰ ਪਰਮੇਸ਼ਵਰ ਨੂੰ ਜਗ ਨੂੰ ਗਿਆਨ ਜਾਣਨ ਵਾਸਤੇ ਉਪਦੇਸ਼ ਦੱਸਿਆ ਹੈ। ਪਾਪਾਂ ਨੂੰ ਜਗਤ ਕਰਨ ਵਾਲੀ ਬਾਣੀ ਹੈ, ਪੂਜਣੇ ਦੇ ਪੂਜਰੇ ਬਾਣੀ ਹੈ, ਇਸ ਜਗ ਦੀ ਆਗਿਆ ਮਹਾਰਾਜ ਦੀ ਅੰਕੁਲ ਲਾ ਕੇ ਤੇ ਬਾਣੀ ਨੂੰ ਜਪਣਾ ਕਰੋ ਇਹ ਆਗਿਆ ਹੈ। ਜਗ ਸਾਹਿਬ ਦੇ ਅੰਦਰ ਜੋ ਵੇਦ ਦੇ ਅੰਦਰ ਛੇ ਚੀਜ਼ਾਂ ਹਨ, ਇੱਕ ਸ਼ਕਤੀ, ਇੱਕ ਬੀਜ, ਇੱਕ ਸੰਤ ਤੇ ਇਸੇ ਪ੍ਰਕਾਰ ਕੀਲਕ ਤੇ ਸੰਤ। ਇਸੇ ਪ੍ਰਕਾਰ ਜਗਤਾਲ ਦੇ ਅੰਦਰ ਬਾਣੀ ਦੇ ਅੰਦਰ ਸ੍ਰੀ ਮਹਾਰਾਜ ਦੀ ਬਾਣੀ ਤੇ ਦੇਵਤਾ ਅਕਾਲ ਪੁਰਖ ਵਾਹਿਗੁਰੂ ਹੈ ਤੇ ਰਿਸ਼ੀ ਗੁਰੂ ਨਾਨਕ ਸਾਹਿਬ ਜੀ ਉਚਾਰਨ ਵਾਲੇ ਹਨ, ਸ਼ਕਤੀ ਗੁਰੂ ਅੰਗਦ ਸਾਹਿਬ ਜੀ ਹਨ ਜਿਨ੍ਹਾਂ ਨੇ ਜਗਤਾਲ ਨੂੰ ਪ੍ਰਗਟ ਕੀਤਾ ਹੈ।
अर्जुन देव जी है ऐसा एक दूसरी जो संचार की चाल जनकार की चाल है इस प्रकार साहब चंगे जी इस प्रकार अमृत बाणी का उच्चारण किया महाराज जी ने गुरु नानक साहब जी ने उच्चारण की करके ऋषि है आप महाराज बाणी जी देवता अकाल पुरख ने इष्ट मनिया करके देवता अकाल पुरख है गुरु अंगद साहब जी ने जो प्रथाएं उच्चारण की इस करके शक्ति जी अंगद साहब रूप है अर्जुन साहब श्री जी साहब प्रगट करके समुद्र बना करके कैम रखने वाले होंगे संत आशा देवी ने होंगे इस प्रकार मंत्री जाने से उच्चारण की है अंग लिखे गुरबाणी की इस प्रकार अंग लिखाए हैं स्वरूप के कहे आदि सत्यूपी ऐसा श्री नारायण मूल मंत्र के वाहगुरु का कथन किया है अगर सुबह सत दर्शन किए सन तो फिर सके पातशाह कृपा करके दसो जी जिस का ओंकार है गुरु नानक साहब जी करते हैं देवता अकाल पुरख है शक्ति गुरु अंग साहब है तीन गुरु अर्जुन साहब है संत आशा गुरु जी देंगे छह चीजें होंगी है महाराज जी शरीर जी पवित्रता करके लोगों सिद्धि मनी है चिंतनी करके सिद्धि मनी है दूसरी तीजा दर्शन विचार करके सिद्धि मनी है चौथी विराग करके सिद्धि मनी है आदि कहे सिद्ध जो विराग करिए भी पवित्रता नहीं हो सकती सोचे सोच न होइए सोची लकवार शरीर के धोने करके शरीर नहीं पवित्र होंगे मन की पवित्रता की होनी थी इसे प्रकार चिगुनी करके परमेश्वर की चिगुनी हिंदी लखा वाली चिगुनी करी जाइए विचार शास्त्र में सच्चे ब्रह्म की विचार अंदर में हिंदी और लखा वाली विचार करी जाइए इतो रंग से रंगे हो इसलिए जिन छापे पे जाते रोने आए रोने करके भी विराग धारण करके भी उस वक्त शरीर का विराग नहीं पैदा हो सकता तो कहो प्रश्न एक गुस्से अतः कमियों प्रश्न की चित धारने करके मन की चित हो चित रहने करके दानी करके मन की संकल्पा भी चित नहीं हो सकती शांति नहीं हो सकती तेल धारा का तैयार रखो अगे प्रश्न सी के महाराज दर कार रखने करके भुखे दुखने क्रिए दिनों क्रिया भार भुखे दर कार रखने करके अंदर की भुख जी कृष्णा भी नहीं उतरगी भावे पूरी इंद्रिया भार पदार्थों के लोगों छे इसे प्रकार ਫਿਰ ਮਹਾਰਾਜ ਪੂਰ ਵੀ ਪਾਲ ਪੋਸ਼ਣਾ ਕਿਵੇਂ ਕੀਤੇ ਤਾਂ ਕਹਿੰਦੇ ਹੁਕਮ ਦੁਆਰਾ ਪਰਮੇਸ਼ੁਰ ਦੇ ਆਗੇ ਵਿੱਚ ਰਜਾਈ ਦੇ ਚਲਣਾ ਕਰੀਏ ਉਹ ਪਰਮੇਸ਼ੁਰ ਹੁਕਮ ਨਾਲ ਹੀ ਕੋਈ ਸਤਨਾਮ ਲਿਖਿਆ ਹੋਇਆ ਹੈ ਇਸ ਪ੍ਰਕਾਰ ਕਰਾ ਲਉ ਅਨੁਸਾਰ ਜੋ ਕੋਈ ਪ੍ਰਾਪਤ ਹੋਣਾ ਉਹਨਾਂ ਹੀ ਕ੍ਰਿਸ਼ਨ ਦੀ ਨਿਵਰਤੀ ਹੁੰਦੀ ਹੈ ਇਸ ਪ੍ਰਕਾਰ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਹੈ ਇਹ ਮਹਾਰਾਜ ਪਹਿਲੀ ਪੌੜੀ ਦੇ ਵਿੱਚ ਇਹ ਮੂਲ ਮੰਤਰ ਵਿੱਚ ਸਿਧਾਂਤ ਕਿਹਾ ਹੈ ਹੁਣ ਅਗਲੀ ਦੂਜੀ ਪੌੜੀ ਮਹਾਰਾਜ ਆਰੰਭ ਕਰਦੇ ਨੇ ਕਿਵੇਂ ਹਰੇਕ ਪੌੜੀ ਦਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਸੰਗਲੀ ਬਣਾ ਬਣਾ ਕੇ ਸਾਰੀਆਂ ਪੌੜੀਆਂ ਦਾ ਜੋ ਅਕੱਤ ਹੈ ਉਹ ਕਹਿਣ ਵਾਸਤੇ ਸਾਰਿਆਂ ਸਿੰਘਾਂ ਅੱਗੇ ਬੇਨਤੀ ਕੀਤੀ ਜਾਇਆ ਕਰੇਗੀ ਜੋ ਪਾਠ ਕਰਦੇ ਹੋਏ ਪੂਰਾ ਤੇ ਕਿਲਾਰ ਸੁਣਾ ਕੇ ਰਹੇ ਕਹੇ ਚੀਜ਼ ਜ਼ਰੂਰ ਚੇਤੇ ਰੱਖਣੀ ਹੋਏ ਨੇ ਕਿ ਇਸ ਪੌੜੀ ਚ ਗੁਰੂ ਸਾਹਿਬ ਨੇ ਸਾਨੂੰ ਇਹ ਆਗਿਆ ਕੀਤੀ ਹੈ ਹੁਕਮੀ ਹੋਵਨ ਆਕਾਰ ਮਹਾਰਾਜ ਸਾਹਿਬ ਅੱਗੇ ਦਰਸ਼ਨ ਕੀਤਾ ਹੈ ਮਤਲਬ ਸੀ ਕਿ ਗੁਰੂ ਸਾਹਿਬ ਜੀ ਜਦੋਂ ਕਥਨ ਕਰਨਗੇ ਤੇ ਪਰਮੇਸ਼ੁਰ ਦਾ ਕਥਨ ਨਹੀਂ ਕੀਤਾ ਜਾਂਦਾ ਮਹਾਰਾਜ ਹੁਕਮ ਹੀ ਕਹੋ ਤਾਂ ਗੁਰੂ ਮਹਾਰਾਜ ਸਾਹਿਬ ਦੇ ਸਾਰੇ ਹੁਕਮ ਹੀ ਕਹਿ ਦੇਣਗੇ ਹੁਕਮ ਨੂੰ ਕਹੇਗੇ ਤਾਂ ਹੁਕਮ ਦਾ ਅੰਤ ਅੰਤ ਉੜਕਾ ਜਾਏਗਾ
ਕਹਿਣ ਲੱਗੇ ਮਹਾਰਾਜ ਹੁਕਮ ਦੀ ਰਾਜ ਕਹੋ ਮਹਾਰਾਜ ਨੂੰ ਸਿੱਧੇ ਹੁਕਮ ਨੂੰ ਕਿਹਾ ਜਾਏ ਪਰਮੇਸ਼ਰ ਦਾ ਹੁਕਮ ਨਹੀਂ ਕਿਹਾ ਜਾ ਸਕਦਾ ਕਿਤਨਾ ਡੋਡਾ ਹੁਕਮ ਹੈ ਇਹ ਕਿਸੇ ਮੰਦਰ ਨਹੀਂ ਆਉਂਦਾ ਹੈ ਇਹ ਮਹਾਰਾਜ ਜੇ ਕਿਸੇ ਮੰਦਰ ਨਹੀਂ ਆਉਂਦਾ ਤਾਂ ਜਿੰਨਾ ਕਿਸੇ ਮੰਦਰ ਆਉਂਦਾ ਉਹਨਾਂ ਤੋਂ ਦੱਸੋ ਤਾਂ ਹਜ਼ੂਰ ਫਰਮਾਉਂਦੇ ਹਨ ਹੁਕਮੀ ਹੋਵਲ ਆਕਾਰ ਸ੍ਰਿਸ਼ਟੀ ਦੇ ਇਹ ਸਾਰੇ ਵਾਹਿਗੁਰੂ ਹੁਕਮ ਦੇ ਹੁਕਮ ਵਿੱਚ ਹੀ ਹੋਏ ਹਨ ਆ ਤੋਂ ਵਿਸ਼ਨੂੰ ਲੈਣਾ ਕੱਚੇ ਤੋਂ ਕਰਤਾ ਬ੍ਰਹਮਾ ਲੈਣਾ ਰਾਰੇ ਤੋਂ ਉੱਧਰ ਸ਼ਿਵ ਜੀ ਲੈਣਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਕਾਰ ਕਹਿੰਦੇ ਆਕਾਰ ਜਿਹੜੇ ਹੈ ਇਹ ਵੀ ਉਸ ਪਰਮੇਸ਼ਰ ਦੇ ਹੁਕਮ ਦੇ ਹੁਕਮ ਵਿੱਚ ਹੀ ਹੋਏ ਹਨ ਆਪੋ ਨਹੀਂ ਪੈਦਾ ਹੋਏ ਕੋਟ ਬ੍ਰਹਮੇ ਜਗ ਸਾਜਣ ਲਾਏ ਕੋਟ ਵਿਸ਼ਨੂੰ ਕਿਵੇਂ ਅਵਤਾਰ ਕੋਟ ਮਹੇਸ਼ ਕਾਲ ਸਮਾਏ ਐਸੇ ਧਨੀ ਦੇ ਵਿੱਚ ਹਮਾਰਾ ਬ੍ਰਹਮ ਸਾਜੋ ਦਿਨ ਵਿਸਤਾਰ ਸੋ ਜਿਵੇਂ ਬ੍ਰਹਮ ਵਿਸ਼ਨੂੰ ਸ਼ਿਵ ਜੀ ਆਦਿ ਕਹਿੰਦੇ ਆਕਾਰ ਵੀ ਹਨ ਮਾਤਾ ਦੇ ਗਰਭ ਦੇ ਜਿਹੜੇ ਬੱਚਿਆਂ ਦੇ ਆਕਾਰ ਹਨ ਬੱਚਿਆਂ ਬੱਚਿਆਂ ਦੇ ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋਏ ਹਨ ਤੇ ਉਸ ਹੁਕਮ ਦੇ ਅੰਦਰ ਹੀ ਉਹ ਸੂਖਮ ਆਕਾਰ ਜਿਤਨੇ ਸ੍ਰਿਸ਼ਟੀ ਸੂਖਮ ਸ੍ਰਿਸ਼ਟੀ ਦੇ ਪਿਛਲੀ ਸ੍ਰਿਸ਼ਟੀ ਦੇ ਅੰਡ ਵਿਖਾਣੀ ਜੇਲ ਵਿਖਾਣੀ ਪੇਟ ਵਿਖਾਣੀ ਯੁੱਧ ਵਿਖਾਣੀ ਆਦਿਕਾਂ ਦੇ ਜਿੰਨੇ ਆਕਾਰ ਹੈ ਸਭ ਹੁਕਮ ਦੇ ਹੁਕਮ ਵਿੱਚ ਹੀ ਹੋਏ ਹਨ ਹੁਕਮ ਨਾ ਕਹਿਆ ਜਾਈ ਇਹ ਹੁਕਮ ਸਮੁੰਦਰ ਹੁਕਮ ਸਿੱਧੇ ਸਾਡੇ ਕਿਸੇ ਦੇ ਪਾਸੋਂ ਕਿਹਾ ਨਹੀਂ ਜਾਂਦਾ ਹੈ ਹੁਕਮ ਹੋਵਲ ਜੀਵ ਉਸ ਪਰਮੇਸ਼ਰ ਦੇ ਜਿੰਨੇ ਜੀਵ ਹਨ ਸਰੀਰ ਜਦੋਂ ਸਰੀਰ ਬਣ ਜਾਂਦਾ ਛੇ ਮਹੀਨੇ ਅੰਦਰ ਪੂਰਾ ਸਰੀਰ ਬਣ ਜਾਂਦਾ ਹੈ ਗਰਭ ਦੇ ਅੰਦਰ ਫਿਰ ਜਿਹੜੀ ਜੀ ਸ਼ਕਤੀ ਹੈ ਉਹਨਾਂ ਨਾਲ ਜੇ ਕੋਈ ਸੱਤਾ ਜਿਹੜੀ ਪਾਈ ਹੈ ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਸੂਖਮ ਸਰੀਰ ਸਕੂਲ ਦੇ ਅੰਦਰ ਆ ਕੇ ਸਿੱਧ ਹੁੰਦਾ ਹੁਕਮ ਦੇ ਹੁਕਮ ਵਿੱਚ ਹੀ ਸੌ ਜਨਮ ਦਾ ਜਾਣਦਾ ਜਿਹੜੇ ਕਰਮ ਕੀਤਾ ਹੁੰਦਾ ਪਿਛਲਾ ਹੁਕਮ ਮਿਲਾ ਵੱਡੇ ਆਈ ਦੇ ਹੁਕਮ ਅਨੁਸਾਰ ਹੀ ਜਿਹਨਾਂ ਨੇ ਕੀਤੇ ਚੰਗੇ ਕਰਮ ਉਹਨਾਂ ਅਨੁਸਾਰ ਮੈਨੂੰ ਵਡਿਆਈ ਮਿਲਦੀ ਨਾਲ ਅਗੇ ਹੁਕਮ ਵਿੱਚ ਹੁਕਮ ਉੱਤਮ ਨੀਚ ਜਿਹੜੇ ਹੁਕਮ ਵਿੱਚ ਜਿਹੜੇ ਉੱਤਮ ਪੁਰਖ ਉਹ ਵੀ ਹੁਕਮੀ ਦੇ ਹੁਕਮ ਵਿੱਚ ਹੈ ਜਿਹੜੇ ਨੀਚ ਪੁਰਖ ਹੋਣ ਉਹ ਵੀ ਹੁਕਮੀ ਦੇ ਹੁਕਮ ਵਿੱਚ ਹੋਣਗੇ ਆਪਣੀ ਦੀ ਕਰਨੀ ਉਹਦੇ ਅਨੁਸਾਰ ਦੁੱਖ ਪਾਉਂਦੇ ਹਨ ਤੇ ਹੁਕਮ ਦੇ ਨੀਚ ਜਿੰਨੀ ਹੁਕਮ ਦੇ ਹੁਕਮ ਵਿੱਚ ਆਪਣੇ ਕਰਮਾਂ ਦਾ ਸਾਰਾ ਦੁੱਖ ਭੋਗਣਾ ਨੀਚ ਪੁਰਖਾਂ ਨੇ ਅਤੇ ਉੱਤਮ ਪੁਰਖਾਂ ਨੂੰ ਸੁੱਖ ਭੋਗਣਾ ਹੁਕਮ ਦੇ ਲਿਖੇ ਅਨੁਸਾਰ ਹੀ ਪਾਈਦਾ ਹੈ ਜਿਤਨਾ ਹੁਕਮ ਬਖਸ਼ੀ ਪਰਮੇਸ਼ਰ ਹੁਕਮੀ ਦੇ ਹੁਕਮ ਕਰਕੇ ਬ੍ਰਹਮ ਵਿਦਿਆ ਦੀ ਨਾਮ ਦੀ ਬਖਸ਼ੀ ਹੋ ਜਾਂਦੀ ਹੈ ਇੱਕ ਹੁਕਮੀ ਸਦਾ ਪਧਾਈ ਹੈ ਜਿਹੜੇ ਜੀਵ ਬਾਸ਼ਨਾ ਦੇ ਵਧੇ ਹੋਏ ਹੈ ਉਹ ਹੁਕਮੀ ਦੇ ਹੁਕਮ ਵਿੱਚ ਸਦਾ ਦੋਨਾਂ ਦੀ ਪੜ੍ਹਾਏ ਜਾਂਦੇ ਹੈ ਕਦੇ ਕਿਸੇ ਜੀਵ ਚ ਜਾਂਦੇ ਆ ਕਦੇ ਕਿਸੇ ਜੀਵ ਨੂੰ ਜਾ ਕੇ ਪ੍ਰਾਪਤ ਹੁੰਦੇ ਹਨ ਹੁਕਮੇ ਅੰਦਰ ਸਭ ਕੋ ਸਾਰਾ ਸੰਸਾਰ ਹੁਕਮ ਵਿੱਚ ਹੀ ਰੱਖਿਆ ਹੋਇਆ ਹੈ ਬਾਹਰ ਹੁਕਮ ਲੈ ਕੇ ਹੁਕਮ ਤੋਂ ਬਾਹਰ ਨਹੀਂ ਕੋਈ ਹੋ ਸਕਦਾ ਆਪਣੇ ਸੁਤੰਤਰ ਕੋਈ ਨਹੀਂ ਹੈ ਨਾਨਕ ਹੁਕਮ ਹੈ ਜੇ ਬੁੱਧ ਹੈ ਜੇ ਕਰਕੇ ਮਹਾਰਾਜ ਕਹਿੰਦੇ ਭਾਈ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਹੈ ਇਸ ਗੱਲ ਨੂੰ ਗੁਰਾਂ ਦੁਆਰਾ ਬੁੱਝ ਲਵੇ ਸਮਝ ਲਵੇ ਮਨ ਕਰ ਨਹੀਂ ਕੋਈ ਵੀ ਕਹਿੰਦਾ ਹਉਮੈ ਕਦੇ ਲੋਕ ਤੋਂ ਛੁੱਟ ਜਾਂਦਾ ਮੁੜ ਹੋ ਜਾਂਦਾ ਪੁਰਖ ਜਿਹੜਾ ਰਿਵਾਜ ਚ ਮੰਨ ਲਾ ਸਭ ਕੁਛ ਹੈ ਇਹ ਅਸੀਂ ਹੁਕਮ ਮੰਨ ਨਹੀਂ ਸਕਦੇ ਜਿਹੜਾ ਕਿਸੇ ਤੋਂ ਵਰਗੇ ਤਾਂ ਕਹਿੰਦੇ ਹੁਕਮ ਹੋ ਗਿਆ ਧਾਰਨਾ ਹੋ ਗਿਆ ਜਦੋਂ ਆਪਦੇ ਕੋਈ ਡਰਦੇ ਕਹਿੰਦੇ ਕੈਦ ਹੋ ਗਿਆ ਤੇ ਇਸ ਕਰਕੇ ਹੁਕਮ ਮੰਨਣਾ ਬੜਾ ਮੁਸ਼ਕਿਲ ਹੈ ਜਿਹੜਾ ਹੁਕਮ ਨੂੰ ਬੁੱਝ ਲਵੇ ਉਹ ਹੰਕਾ ਦੇ ਮਨ ਕਰਨ ਤੇ ਕਹਿੰਦਾ ਮੁਕਤ ਹੋ ਜਾਂਦਾ ਪੁਰਖ ਇਸ ਕੇ ਕਰਕੇ ਜਿਹੜੇ ਹੁਕਮ ਨੂੰ ਮੰਨਦੇ ਕਹੇ ਗਏ ਹਨ ਹੁਕਮ ਹੋਵਲ ਆਕਾਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਜੋ ਕਰਨ ਵਾਲੇ ਗੁਰਮੁਖ ਹੈ ਬ੍ਰਹਮ ਗਿਆਨੀ ਹੈ ਇਹ ਜਿੰਨੇ ਸ੍ਰਿਸ਼ਟੀ ਦੇ ਆਕਾਰ ਹੈ ਸਾਰੇ ਉਹਨਾਂ ਦੇ ਹੁਕਮ ਵਿੱਚ ਹੀ ਹੋ ਜਾਂਦੇ ਜਿਵੇਂ ਉਹ ਕਹਿੰਦੇ ਉਹਨਾਂ ਦੇ ਹੁਕਮ ਵਿੱਚ ਸੰਸਾਰ ਵਰਤਣ ਲੱਗ ਜਾਂਦੇ ਬ੍ਰਹਮ ਦੇਵਤਿਆਂ ਨੇ ਹੁਕਮ ਨਾ ਕਹਿਆ ਜਾਈ ਇਹ ਹੁਕਮ ਨੇ ਕਿਹਾ ਹੈ ਕਿ ਨਹੀਂ ਜਾਂਦੇ ਕਿਸੇ ਜੀਵਨਾਂ 'ਚ ਨਹੀਂ ਹੋ ਜਾਂਦੇ ਇਹ ਮਹਾਰਾਜ ਨੇ ਹੁਕਮ ਵੇਦ ਸ਼ਾਸਤਰਾਂ ਦਾ ਸ੍ਰਿਸ਼ਟੀ ਸਿਮਰਤੀ ਮਨਾਈ ਆ ਗਿਆ
ਸਿੱਖਾਂ ਦੁਆਰਾ ਸਤਨਾਮ ਜੀ ਦੀ ਹੁਕਮ ਵਿੱਚ ਕਿਹਾ ਹੈ ਕਿ ਜਾਂਦੇ ਆਉਂਦੇ ਵੀ ਜੰਮਣ ਮਨ ਤੋਂ ਰਹਿਤ ਹੋ ਜਾਂਦੇ ਹਨ। ਹੁਕਮੀ ਹੋਵਲ ਜੁਕਮੀ ਬੀਜ ਜਾਂਦੇ ਬ੍ਰਹਮ ਵੇਖਿਆ ਦੇ ਹੁਕਮੀਆਂ ਦੇ ਹੁਕਮ ਵਿੱਚ ਸਾਰੇ ਹੋ ਜਾਂਦੇ ਹਨ। ਹੁਕਮ ਮਿਲਾ ਵਡਿਆਈ ਉਹਨਾਂ ਦੀ ਸੰਗਤ ਕਰਕੇ ਵਡਿਆਈ ਮਿਲਦੀ ਹੈ। ਜਿਸ ਪ੍ਰਕਾਰ ਮੇਰੇ ਚੋਰ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਮੰਨ ਕਰਕੇ ਚੋਰੀ ਛੱਡ ਦਿੱਤੀ, ਇਹ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ ਕੀਤੀ, ਅੰਗ ਵਿੱਚ ਬੈਠ ਗਿਆ, ਅੰਗ ਨੂੰ ਸਾੜ ਸਕੀ ਇਸ ਦੇ ਤਾਹੀਂ ਕਿ ਵਡਿਆਈ ਗੁਰੂ ਸਾਹਿਬ ਦੇ ਹੁਕਮ ਦੁਆਰਾ ਮਿਲ ਗਈਆਂ ਹਨ। ਜੇ ਸਿੱਖ ਨੇ ਖੀਰ ਖਾਣੇ ਨੂੰ ਮਹਾਰਾਜ ਸਾਹਿਬ ਦੇ ਹੁਕਮ ਨਹੀਂ ਸੀ ਮੰਨਿਆ ਅਤੇ ਉਹ ਅੰਗ ਵਿੱਚ ਪੈ ਕੇ ਇਸ ਸੜਨ ਤੋਂ ਡਰ ਗਿਆ ਤੇ ਉਸਨੂੰ ਉੱਥੇ ਹੀ ਲੋਕਾਂ ਨੂੰ ਆ ਕੇ ਉਹ ਧਨ ਵੇਖ ਕਰਕੇ ਚੋਰ ਵਾਲਾ ਇਹਨੂੰ ਫਾਸੀ ਤੰਗ ਦਿੱਤਾ ਸੀ। ਇਸ ਪ੍ਰਕਾਰ ਇਹਦੇ ਅੰਤ ਹੋ ਗਿਆ। ਹੁਕਮੀ ਉੱਤੋਂ ਨੀਤ ਪੁਰਖ ਜਿਹੜੇ ਹੈ ਉਹ ਵੀ ਉੱਤੋਂ ਬਣ ਜਾਂਦੇ ਹੈ। ਜਿਵੇਂ ਚੋਰ ਜਿਹੜਾ ਸੀ ਉਹ ਚੋਰੀ ਛੱਡ ਕਰਕੇ ਮਾਰੇ ਹੁਕਮ ਮੰਨ ਕੇ ਬੱਚੋ ਸੀ ਚਲਿਆ ਗਿਆ ਦੀਵਾਨਾਂ ਤੇ ਕਰਕੇ, ਜਿਵੇਂ ਨੀਚ ਪੁਰਖ ਵੀ ਹੁਕਮ ਮੰਨ ਕਰਕੇ ਉੱਤੋਂ ਬਣ ਜਾਂਦੇ ਹਨ। ਹੁਕਮ ਲਿਖ ਦੁੱਖ ਦੁੱਖ ਪਾਈ ਹੈ ਤੇ ਹੁਕਮ ਲਿਖ ਉਹਨਾਂ ਸਤਿਗੁਰਾਂ ਦੇ ਹੁਕਮ ਦੇ ਨਾਲ ਹੀ ਲਿਖੇ ਅਨੁਸਾਰ ਜੇ ਦੁੱਖ ਦੇਣੇ ਤੇ ਸੁੱਖ ਪਾ ਲੈਂਦੇ ਨੇ, ਦੁੱਖ ਸਾਰੇ ਮਿਲ ਜਾਂਦੇ ਆ। ਜਿਵੇਂ ਦੁੱਖਾਂ ਪੈ ਗਈ ਸੀ ਹਮਾਉਣ ਬਾਦਸ਼ਾਹ ਨੂੰ, ਜੋ ਸਰਵੀ ਜੀ ਦੀ ਸ਼ਰਨ ਆਇਆ ਭਾਵੇਂ ਤਲਵਾਰ ਦੇ ਕਰਦੇ ਤੇ ਹੱਥ ਰੱਖ ਲਿਆ ਸੀ, ਸੰਗਤ ਨੇ ਕਿਹਾ ਜਿੱਥੇ ਤਲਵਾਰ ਨਹੀਂ ਸੀ ਉੱਥੇ ਕੈਦ ਹੋ ਕੇ ਭੱਜਿਆ ਹੈ, ਉਹ ਗੁਰੂ ਘਰ ਦੇ ਤੇ ਤਲਵਾਰ ਚਲਾਉਣਾ ਉਸੇ ਵੇਲੇ ਮਹਾਰਾਜ ਸਾਹਿਬ ਕਰਦੇ ਨੇ ਹੱਥ ਜੰਮ ਗਿਆ ਕਰਨੀ ਪਿਆ। ਫਿਰ ਮਾਰੇ ਕਿਹਾ ਜਾ ਇੱਕ ਵਾਰੀ ਦਵਾਈ ਤੋਂ ਫੌਜ ਲੈ ਕੇ ਆ ਤੇ ਫਿਰ ਤੈਨੂੰ ਦਿੱਲੀ ਮਿਲ ਜਾਏਗੀ। ਉਹ ਦੁਖੀ ਸੀ ਅਤਿਅੰਤ, ਉਹ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਕਰਕੇ ਸੁੱਖ ਨੂੰ ਪਾਉਣਾ ਸਿੱਖਿਆ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਿਹੜੇ ਉੱਤਮ ਪੁਰਖ ਹੈ ਉਹ ਹੁਕਮ ਦੇ ਵਿੱਚ ਨੀਚ ਪੁਰਖ ਜਿਹੜੇ ਹੈ ਉੱਤੋਂ ਹੋ ਜਾਂਦੇ ਹਨ। ਜਦੋਂ ਮੇਰਾ ਚੋਰੀ ਛੱਡ ਕੇ ਉੱਤੋਂ ਬਣ ਗਿਆ ਸੀ, ਕਿਉਂ ਮਹਾਰਾਜ ਸਾਹਿਬ ਕਰਦੇ ਕਿ ਬ੍ਰਹਮ ਗਿਆਨੀ ਸੰਗਤ ਦੇ ਹੁਕਮ ਵਿੱਚ ਹੈ ਸਭ ਕੁਝ, ਜਿਹੜੇ ਹੁਕਮ ਨਹੀਂ ਮੰਨਦੇ ਉਹ ਉੱਤੋਂ ਪੁਰਖ ਵੀ ਨੀਚ ਹੋ ਜਾਂਦੇ ਹੈ। ਜਿਸ ਪ੍ਰਕਾਰ ਸਾਹਿਬ ਸੰਗਤ ਜੀ ਬੜਾ ਚੌਧਰੀ ਸੀ ਮਜੂਦਾ ਇੱਕ ਹਜ਼ੂਰ ਸਾਹਿਬ ਦੇ ਦੇਣ ਦਾ ਬੜੀ ਇਹਦੀ ਤਕੜੀ ਹਵੇਲੀ ਸੀ, ਇਹਨੂੰ ਮਿਰਗੀ ਦੀ ਬਿਮਾਰੀ ਸੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਆਪਦੀ ਮਹਿਮਾ ਸੁਣ ਕੇ ਹਜ਼ੂਰ ਅੰਗਦ ਸਾਹਿਬ ਆਪਦੇ ਚਰਨਾਂ 'ਚ ਆਇਆ, ਕਿਰਪਾ ਕਰੋ ਮੈਨੂੰ ਮਿਰਗੀ ਦੀ ਬਿਮਾਰੀ ਮੇਰੀ ਹਟ ਗਈ ਨਹੀਂ, ਆਪ ਮੇਰ ਲਿਓ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਸ਼ਰਾਬ ਤਾਂ ਨਹੀਂ ਪੀਂਦਾ ਹੁੰਦਾ? ਕਹਿੰਦੇ ਮਹਾਰਾਜ ਪੀਤੇ ਬਿਨਾਂ ਕਦੇ ਮੰਜੇ ਤੋਂ ਨਹੀਂ ਉੱਠਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਤੇਰੀ ਸ਼ਰਾਬ ਛੱਡ ਗਏ, ਫਿਰ ਤੈਨੂੰ ਮਿਰਗੀ ਦੀ ਬਿਮਾਰੀ ਨਹੀਂ ਆਵੇਗੀ। ਪਰ ਇਹ ਗੱਲ ਚੇਤੇ ਰੱਖੀ, ਜਿੱਦਣ ਪੀ ਲਈ ਉਦੋਂ ਇਹੀ ਜੀ ਮਿਰਗੀ ਆਊ ਤੇਰੀ ਮੌਤ ਨਾਲ ਆਈ। ਇਹ ਬਚਨ ਮਹਾਰਾਜ ਸਾਹਿਬ ਨੇ ਕਹਿ ਕੇ ਗੁਰੂ ਅੰਗਦ ਦੇਵ ਜੀ ਨੇ ਇਹ ਮਹਾਰਾਜ ਦਾ ਹੁਕਮ ਮੰਨ ਕੇ ਉਸਨੂੰ ਸ਼ਰਾਬ ਛੱਡ ਦਿੱਤੀ। 8 ਸਾਲ ਜਿਉਂਦਾ ਰਿਹਾ, ਮਿਰਗੀ ਦੀ ਬਿਮਾਰੀ ਨਹੀਂ ਆਈ। ਪਰ ਫਿਰ ਇਹਨੂੰ ਕਹਿੰਦੀ, ਹੁਣ ਤਾਂ ਬਿਮਾਰੀ ਹਟ ਗਈ, ਮੌਜ ਲੈ ਲਈਏ। ਸਾਉਣ ਦੀਆਂ ਘਟਾਂ ਜਦੋਂ ਘੁੰਮਦੀਆਂ ਵੇਖਦੀਆਂ ਕਾਲੀਆਂ, ਨਿੱਕੀ ਨਿੱਕੀ ਬੂੰਦ ਪੈਂਦੀ ਵੇਖ ਕੇ ਹਵੇਲੀ ਵੇਖ ਚੜ੍ਹ ਕੇ ਕਹਿੰਦਾ, ਇਹ ਮੋਟੇ ਨੂੰ ਵਿਆਹ ਸ਼ਰਾਬ, ਸ਼ਰਾਬ ਲੈ ਕੇ ਪੀ ਕੇ ਲਿਆਉਂ ਮੋਟਿਆਂ ਕਰਾਲਾ ਲਿਆਇਆ। ਉਸ ਵੇਲੇ ਕਹਿੰਦਾ, ਗੁਰੂ ਜੀ ਅੱਜ ਨਹੀਂ ਰਹਿ ਸਕਿਆ, ਪੀ ਲਈ ਹੈ ਮੈਂ। ਸੰਗੂ ਸਾਹਿਬ ਦਾ ਦੀਵਾਨ ਹਮੇ ਹੇਠਾਂ ਲੱਗਿਆ ਸੀ, ਮਹਾਰਾਜ ਸਾਹਿਬ ਦਾ ਜਿੱਥੇ ਮਾਲੇ ਖਾਣਾ ਸਾਹਿਬ ਗੁਰਦੁਆਰਾ, ਇਹਦੀ ਹਵੇਲੀ ਉੱਥੇ ਉੱਤੇ ਪਾਸੇ ਸੀ, ਸੜਕ ਜਿੱਥੇ ਬਣੀ ਹੋਈ ਹੈ। ਇਸ ਵੇਲੇ ਮਹਾਰਾਜ ਕਹਿੰਦੇ, ਚੰਗਾ ਫਿਰ ਮਿਰਗੀ ਵੀ ਹੁਕਮ ਦੀ ਬੱਧੀ ਸੀ, ਮੈਂ ਝਗੜਾ ਹੋ ਗਿਆ ਆਈ। ਇਹ ਬਚਨ ਕਹਿਣ ਤੋਂ ਇਸ ਵੇਲੇ ਮਿਰਗੀ ਉੱਠਣ ਤੋਂ ਉਤਾਰੀ ਤੇ ਦੇਖੇ ਮਰ ਗਿਆ ਸੀ ਮਜੂਕਾ ਚੌਧਰੀ, ਕਿਉਂ ਭਾਵੇਂ ਉੱਤਮ ਬਣ ਗਿਆ ਸੀ ਹੁਕਮ ਮੰਨਣ ਕਰਕੇ। ਜਦੋਂ ਹੁਕਮ ਮਿਲਤਾ ਨੀਚ ਬਣ ਗਿਆ ਸਾਹਿਬ ਚੰਗੇ ਜੀ, ਕਿਉਂ ਮਹਾਰਾਜ ਸਾਹਿਬ ਦੇ ਹੁਕਮ ਵਿੱਚ ਹੀ ਉੱਤਮ ਪੁਰਖ ਵੀ ਬਣ ਜਾਂਦੇ ਹੈ ਤੇ ਨਾ ਹੁਕਮ ਹੋਣੇ ਕਰਕੇ ਨੀਚ ਵੀ ਹੋ ਜਾਂਦੇ ਹਨ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਹੁਕਮ ਦੇ ਅਨੁਸਾਰ ਜਿਹੜੇ ਹੁਕਮ ਮੰਨਦੇ ਹੈ ਉਹਨਾਂ ਲਿਖੇ ਹੋਏ ਜੋ ਦੁੱਖ ਉਹ ਸੁੱਖ ਦੇ ਤਾਂ ਹੀ ਪਾ ਲੈਂਦੇ ਹੈ, ਅਤੇ ਜਿਹੜੇ ਪੁਰਖ ਹੁਕਮ ਨੂੰ ਨਹੀਂ ਮੰਨਦੇ ਉਹ ਸੁੱਖ ਲਿਖੇ ਦੇ ਥਾਂ ਦੁੱਖ ਵੀ ਨਹੀਂ ਮਿਲੂਗਾ। ਚੌਧਰੀ ਵੀ ਮਰ ਗਿਆ ਸੀ ਉਲਟ ਕੇ ਦੇਖ ਕੇ, ਐਂ ਦੁੱਖ ਹੀ ਪਾਉਂਦੇ ਹਨ। ਇਤਨਾ ਹੁਕਮੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਨੇ ਇਸ ਪ੍ਰਕਾਰ
ਬਖਸ਼ਾਂ ਕੀਤੀਆਂ ਆਪਣੀ ਨਜ਼ਰ ਦੇ ਨਾਲ ਰੋਗੀਆਂ ਦੇ ਰੋਗ ਚੱਕ ਦਿਆਂ ਕਰਦੇ। ਇੱਕ ਹੁਕਮ ਸਦਾ ਭਗਾਈਆ ਹੈ, ਇੱਕ ਜਿਹੜੇ ਸਤਿਗੁਰੂ ਦੇ ਹੁਕਮ ਵੀ ਚੱਲਦੇ ਹਨ ਭਾਈ ਜੀਆ ਜੀ ਜਿਵੇਂ ਘਾਰਾ ਮੰਨਿਆ ਸਦਾ ਵਾਸਤੇ ਮੰਨ ਉਹ ਸੰਸਾਰ ਵੇਲੇ ਧਿਆਨ ਲੈਂਦੇ ਹਨ ਤੇ ਉਹ ਕਰ ਲੈਂਦੇ ਹਨ। ਹੁਕਮ ਦੇ ਚੱਲਣਾ ਚਾਹੀਦਾ ਹੈ। ਜਿਹੜੇ ਸਤਿਗੁਰਾਂ ਦੇ ਹੁਕਮ ਨੂੰ ਮੰਨਦੇ ਹੈ ਜਿਗਿਆਸੂ ਜਨ, ਉਹ ਹੁਕਮੀ ਪਰਮੇਸ਼ਰ ਦਾ ਹੁਕਮ ਮੰਨਣੇ ਕਰਕੇ ਹੋਰ ਨਿਆਕਾਰ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੀ ਹੈ, ਉਹਦਾ ਆਕਾਰ ਹੀ ਬਣ ਜਾਂਦੇ ਹਨ। ਹੁਕਮ ਲੈ ਕਹਿਆ ਜਾਈ, ਹੁਕਮ ਵੇਦ ਸ਼ਾਸਤਰ ਵਿੱਚ ਹੁਕਮ ਕਿਹਾ ਹੈ, ਫਿਰ ਸਰੀਰ ਦੇ ਕਰਮਾਂ ਨੂੰ ਭੇਜਣ ਵਾਸਤੇ ਕਿਸੇ ਦੁਨੀਆਂ 'ਚ ਨਹੀਂ ਜਾਂਦਾ, ਸਦਾ ਵਿਨਾਸ਼ੀ ਪਦ ਨੂੰ ਪਾ ਲੈਂਦਾ ਹੈ। ਹੁਕਮੀ ਹੋਵਨ ਜੀ ਆਪਣੇ ਹੁਕਮੀ ਹੋਵਨ ਜੀ, ਜਿੰਨੇ ਜੀਵ ਜੰਤ ਹੈ ਉਹ ਸਾਰੇ ਉਹਨਾਂ ਨੂੰ ਜਾਣਿਆ ਹੈ, ਇਹ ਸਾਰੇ ਸੂਖਮ ਸਰੀਰ ਆਦਿਕ ਸੂਖਮ ਸਰੀਰ ਕਾਰਨ ਦੇ ਆਦਿਕ ਜਾਸੂ ਜਾਣਦੇ ਹੈ, ਇਹ ਮਹਾਰਾਜ ਸਾਡੇ ਹੁਕਮ ਵਿੱਚ ਹੋਣੇ ਕਰਕੇ ਹੀ ਜੀਵ ਚੇਤਨ ਦਾ ਰੂਪ ਬਣਦਾ ਹੈ। ਹੁਕਮ ਮਿਲਾ ਗਡਿਆ, ਇਹ ਜਾਸੂ ਨੇ ਕੀਤਾ ਹੈ, ਇਹ ਪਰਮੇਸ਼ਰ ਦਾ ਹੁਕਮ ਮੰਨਣੇ ਕਰਕੇ ਹੀ ਵਡਿਆਈ ਬ੍ਰਹਮ ਜਾਣੇ ਆਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਵਿਦਿਆਰੀ
गुरु साहब जी का हुक्म का कहेंगे कह नहीं सकी अधिकारी क्या के महाराज उसके कान बंदे ताई कथन कर दे कही गए गुरु साहब बल दसेंगे पता लग जी के इना पहलवान की इस बल हो गए पता लगे अंदाजा के इना के बली है क्यों परमेश्वर का अंदाजा आ जाएगा क्यों सुन के गुरु साहब जी निखेधी पक्ष द्वारा कथन कर दे हैं परमेश्वर कौन गा सकता है किसी भी गाँव की समर्था नहीं है परमेश्वर जो है बल हो गए कोई गा सके परमेश्वर दिखाई जा सकती है कौन परमेश्वर दिखा हुई बातों नहीं गा सकता है जाने निशान निशान प्रगट करके जाने गाए न महाराज ने बातों प्रगट करके कोई भी नहीं जान सकता ग्रंथ है निशानी दस दे महाराज कहते जो कोई जान हो तो निशानियां दस सके महाराज अपने बातों ने कही जानी गुण ही दस दे गड़ियाइया ही दस दे हजूर फिर मांगे परमेश्वर के गुणों कौन गा सकता है जो सिद्धे पातशाह के गुण उपकार के कद उपकार ने भगत वेखे ने दीन दयाल आदि जो गुण इन गुणों कौन गाएंगे सुरक्ष कोई भी नहीं गा सकता अरे उस दिन जी गड़ियाइया दिखी हुई चार नौ सुंदर है सुंदर वो गड़ियाइया कौन गा सकता है कौन गा सकता है सुंदर वडियाईया बाणी गुरु गुरु है बाणी विच बाणी अमृत सारे गुरु बाणी कहे सेवक जनमाने पर तक गुरु निस्तारे साहिब कमाल श्री गुरु गोबिंद सिंह जी महाराज वालों चलाई गई दमदमी टकसाल दे बारहवें मुखी सचखंड वासी ज्ञानी गुरबचन सिंह जी वालों दसम पातशाह दे पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है धनवाद साहिब संत ज्ञानी हरनाम सिंह जी खालसा पिंडरांवाले मुखी दमदमी टकसाल जथा पिंडरां महिता अमृतसर।